ਹਾਂਜੀ, ਕੀ ਨਾਮ ਆਪਣਾ ਜੀ? ਬਲਵਿੰਦਰ ਸਿੰਘ ਜੀ। ਬਲਵਿੰਦਰ ਜੀ, ਮੈਂ ਦੇਖ ਰਿਹਾ ਤੁਹਾਡੀ ਕੋਠੀ ਤੇ ਜਿਹੜਾ ਇੱਕ ਬੈਲ ਬਣਿਆ ਹੋਇਆ ਵਾ, ਕੀ ਕਾਰਨ ਹੈ ਇਸ ਬੈਲ ਦਾ ਬਣਿਆ ਹੋਇਆ? ਇਹ ਭਾਜੀ ਏਦਾਂ, ਸਾਡੇ ਏਰੀਏ ਚ ਇਹ ਜਿਹੜੇ ਖੂਹ ਆ, ਡੇਰੇ ਆ, ਸਾਨਾ ਦੇ ਨਾਂ ਨਾਲ ਮਸ਼ਹੂਰ ਆ। ਇਸ ਕਰਕੇ ਸਾਨੂੰ ਸ਼ੌਂਕ ਸੀਗਾ ਵੀ ਜਦੋਂ ਨਵਾਂ ਅਸੀਂ ਘਰ ਬਣਾਇਆ ਤੇ ਇਹਦੇ ਉੱਤੇ ਕੋਈ ਨਵੀਂ ਚੀਜ਼ ਚਾੜਨੀ ਆਪਦੇ ਨਾਂ ਨਾਲ ਰਿਲੇਟਿਵ, ਤੇ ਇਸ ਕਰਕੇ ਇੱਥੇ ਫਿਰ ਚਾਚਾ ਜੀ ਸਾਡੇ ਜਿਹੜੇ ਇੰਗਲੈਂਡ ਚ ਰਹਿ ਰਹੇ ਨੇ ਕਾਫੀ ਸਮੇਂ ਤੋਂ, ਉਹਨਾਂ ਨੇ ਉਧਰੇ ਬਣੀ ਹੋਈ ਚੀਜ਼ ਦੇਖੀ, ਉਹਨਾਂ ਫਿਰ ਜੋ ਨਵਾਂ ਘਰ ਤਿਆਰ ਹੋਇਆ ਉਹਨਾਂ ਨੇ ਸਾਨੂੰ ਉਧਰੋਂ ਫੋਟੋ ਘੱਲੀ ਇਹਦੀ ਬਣਾ ਕੇ, ਕਹਿੰਦੇ ਵੀ ਇਹਦੇ ਉੱਤੇ ਰੱਖੋ ਇਹ ਬਣਾ ਕੇ। ਫਿਰ ਅਸੀਂ ਜਿਹੜੇ ਵਾਲੇ ਸੰਪਰਕ ਕੀਤਾ ਭਾਜੀ ਹੁਣਾਂ ਨਾਲ, ਤੇ ਇਹਨਾਂ ਨੇ ਸਾਨੂੰ ਇਹ ਤਿਆਰ ਕਰਕੇ ਦਿੱਤੀ ਚੀਜ਼। ਸਾਨੂੰ ਕਿਹਨੂੰ ਕਹਿੰਦੇ ਆਪਾਂ? ਬੈਲ ਨੂੰ ਭਾਜੀ। ਹਾਂਜੀ, ਇਹ ਇਲਾਕਾ ਕਿਸ ਚੀਜ਼ ਨਾਲ, ਕਿਸ ਨਾਂ ਤੋਂ ਜਾਣਿਆ ਜਾਂਦਾ? ਇਹ ਸਾਨਾ ਦੇ ਖੂਹ ਬੈਲ ਦੇ ਨਾਂ, ਬੈਲਾਂ ਦੇ ਨਾਂ। ਹਾਂਜੀ ਠੀਕ ਹੈ। ਤੇ ਚਾਚਾ ਜੀ ਹੁਣ ਉਸ ਤੋਂ ਬਾਅਦ ਆ ਕੇ ਦੇਖਿਆ ਚਾਚਾ? ਹਾਂਜੀ 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 ਹਾਂਜੀ, ਪੂਰੀ ਰੂਹ ਖੁਸ਼ ਹੈ। ਬਟਨ ਖਰਾਬ ਆ,
ਨਾਲ ਫਸਟ ਲੋਗੋ ਸੇਮ ਹੈ ਜਿਵੇਂ ਮਤਲਬ ਲੋਗੋ ਵੀ ਕਰਦੇ ਰਹੇ ਕੀ ਇਹ ਕੰਮ ਅਸੀਂ ਕਾਫੀ ਦੇਰ ਤੋਂ ਕਰਦੇ ਹਾਂ। ਇਹ ਸਾਡੇ ਪਹਿਲਾਂ ਡੈਡੀ ਹੋਣੀ ਫਾਦਰ ਸਾਹਿਬ ਉਹ ਮਤਲਬ ਇਸ ਕੰਮ ਤੋਂ ਕਾਫੀ ਉਹਨਾਂ ਨੂੰ ਕੰਮ ਇਸ ਬਾਰੇ ਜਾਣਦੇ ਸੀਗੇ ਤੇ ਮਤਲਬ ਉਹਨਾਂ ਤੋਂ ਬਾਅਦ ਫਿਰ ਹੌਲੀ ਹੌਲੀ ਕੰਮ ਦੀ ਡਿਮਾਂਡ ਵੱਧਦੀ ਗਈ। ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਤੋਂ ਕੰਮ ਸਿੱਖਿਆ ਤੇ ਉਹਨਾਂ ਦੇ ਸਿੱਖਣ ਨਾਲ ਮਤਲਬ ਕੰਮ ਕਾਫੀ ਵਧਿਆ, ਸਾਡਾ ਵੀ ਦਿਮਾਗ ਉਧਰ ਨੂੰ ਚੱਲਿਆ ਤੇ ਉਸ ਤੋਂ ਬਾਅਦ ਲੋਕਾਂ ਦੇ ਮੁਤਾਬਕ ਇਹ ਫੇਮਸ ਹੋਇਆ ਕੰਮ ਤੇ ਇਹ ਕੰਮ ਵੱਧਦਾ ਗਿਆ। ਇਹਦੇ ਵਿੱਚ ਹੁਣ ਅਸੀਂ ਬਹੁਤ ਸਾਰੀਆਂ ਆਈਟਮਾਂ ਵੀ ਤਿਆਰ ਕਰਦੇ ਹਾਂ, ਘੱਟੋ ਘੱਟ ਨਹੀਂ ਤਾਂ ਇਹਦੇ ਵਿੱਚ ਕਾਫੀ ਆਈਟਮਾਂ ਜਿਹੜੀਆਂ ਬੋਡੀ ਬਿਲਡਰਸ ਵਗੈਰਾ ਜਾਂ ਮਤਲਬ ਭਲਵਾਨ ਜਾਂ ਆਪਣੇ ਘੋੜੇ, ਕਮਲ ਦਾ ਫੁੱਲ, ਫੁੱਟਬਾਲ ਆਦਿ ਇਹ ਪਾਉਣ ਵਾਲੀਆਂ ਟੈਂਕ ਜਾਂ ਸ਼ੋ ਵਾਸਤੇ, ਜਹਾਜ਼, ਬੋਲਦਾਂ ਦੀ ਜੋੜੀ ਜਾਂ ਮਤਲਬ ਕਿਸੇ ਪਲੇਅਰ ਨੂੰ ਵੀ ਸ਼ੌਂਕ ਆ ਮਤਲਬ ਬਣਾਉਣ ਦਾ, ਜਾਂ ਕਬੱਡੀ ਵਾਲੇ ਜਿਹੜਾ ਪਲੇਅਰ ਆ ਉਹ ਕਬੱਡੀ ਦੇ ਮੁੰਡੇ ਵਧੀਆ ਰੇਟਰ ਜਾਂ ਸਟੋਪਰ ਬਣਾਉਂਦੇ ਆ, ਜਾਂ ਆਪਣੇ ਜਿਨ੍ਹਾਂ ਨੂੰ ਖੇਤੀਬਾੜੀ ਦਾ ਸ਼ੌਂਕ ਆ ਉਹ ਬੈਲ ਵਗੈਰਾ
ਆਪਣੇ ਕਿਸਾਨ ਵੀ ਬਣਾਉਂਦੇ ਆ। ਫਿਰ ਅਸੀਂ ਮਤਲਬ ਟਰੈਕਟਰ ਵੀ ਹੁਣ ਤਾਂ ਟਰੈਕਟਰ ਆਮ ਘੱਟ ਬਹੁਤ ਘੱਟ ਇਹਨਾਂ ਕਾਰੀਗਰਾਂ ਨੂੰ ਨਹੀਂ ਪਤਾ ਇਹ ਚੀਜ਼ਾਂ ਬਣਾਉਣ ਦਾ। ਤੇ ਲੋਕੀ ਪਸੰਦ ਕਰਦੇ ਨੇ ਇਹਨਾਂ ਚੀਜ਼ਾਂ ਨੂੰ, ਮਤਲਬ ਖਾਸ ਤੌਰ ਤੇ NRIs ਵਗੈਰਾ ਕਿੰਨਾ? ਹਾਂਜੀ, ਇਹਨਾਂ ਨੂੰ NRI ਬੰਦੇ ਬਹੁਤ ਸ਼ੌਂਕ ਰੱਖਦੇ ਕਿਉਂਕਿ ਇਹ ਆਪਣਾ ਸੱਭਿਆਚਾਰ ਭੁੱਲ ਕੇ ਬਾਹਰ ਚਲ ਜਾਂਦੇ ਆ, ਫਿਰ ਆਣ ਕੇ ਇਹ ਮਤਲਬ ਉਹ ਚੀਜ਼ਾਂ ਨੂੰ ਯਾਦ ਕਰਦੇ ਵੀ ਪੰਜਾਬ ਦੇ ਵਿੱਚ ਇਹ ਚੀਜ਼ਾਂ ਜ਼ਿਆਦਾ ਫੇਮਸ ਆ। ਫਿਰ ਉਹ ਛੱਤ ਦੇ ਉੱਤੇ ਬਣਾਉਂਦੇ ਆ ਟਰੈਕਟਰ ਵਗੈਰਾ ਜਾਂ ਬੋਲਦਾਂ ਦੀ ਜੋੜੀ ਵੀ ਇਹਨਾਂ ਦੇ ਨਾਲ ਅਸੀਂ ਖੇਤੀ ਕਰਦੇ ਸੀ, ਉਹਨਾਂ ਦਾ ਇੱਕ ਸ਼ੌਂਕ ਹੁੰਦਾ, ਫਿਰ ਉਹ ਸ਼ੌਂਕ ਦੇ ਮੁਤਾਬਿਕ NRI ਬੰਦੇ ਬਣਾਉਂਦੇ ਆ। ਕਿੰਨੀ ਕੁ ਲਾਗਤ ਇੱਕ ਆਮ ਟੈਂਕੀ ਨੂੰ ਬਣਾਉਣ ਚ ਲੱਗ ਜਾਂਦੀ, ਜਹਾਜ਼ ਨਾਲ ਹੋਣਾ ਜਾਂ ਕੋਈ ਆਮ ਟੈਂਕੀ, ਕਿੰਨੀ ਕੁ ਦੀ ਉਹ ਟੈਂਕੀ ਬਣ ਜਾਂਦੀ? ਇਹ ਟੈਂਕੀ ਤਕਰੀਬਨ ਸਾਡੇ ਕੋਲ ਘੱਟੋ ਘੱਟ ਨਹੀਂ ਤਾਂ 3,000 ਤੋਂ ਲੈ ਕੇ 1.5 ਲੱਖ ਤੱਕ ਆਈਟਮ ਹੈਗੀ ਆ, ਜਿਹਦੇ ਵਿਚ ਉਹ ਤਰ੍ਹਾਂ ਤਰ੍ਹਾਂ ਦੀਆਂ ਆਈਟਮਾਂ ਵਿਚ ਕੋਈ ਵੀ ਚੀਜ਼ ਬਣਾਉਣੀ ਹੋਵੇ ਉਹਦਾ ਵੱਖਰਾ ਵੱਖਰਾ ਰੇਟ ਆ। ਤੇ ਕੋਈ ਵੀ ਸਾਨੂੰ ਬਣਾਉਣ ਤੋਂ ਪਹਿਲਾਂ ਅਸੀਂ ਮਤਲਬ ਉਹਨਾਂ ਰੇਟ ਉਹਨਾਂ ਨੂੰ ਦੱਸ ਦੇਈਏ। ਮੇਰਾ ਨਾਮ ਪ੍ਰਿੰਸ ਢੀਂਗਰਾ ਜੀ, ਤੇ ਮੈਂ ਅੱਜ ਇੱਥੇ ਪਹਿਲਾਂ ਜਿੱਦਾਂ ਸਾਡੀ ਕੋਠੀ ਤੇ ਆਲਰੇਡੀ ਜਹਾਜ਼ ਇੱਕ ਬਣਿਆ ਹੋਇਆ ਹੈਗਾ। ਅੱਜ ਮੈਂ ਇੱਥੋਂ ਲੰਘ ਰਿਹਾ ਸੀ, ਇੱਥੇ ਦੇਖਿਆ ਕਿ ਇਹਨਾਂ ਦੇ ਉੱਪਰ ਟੈਂਕ ਇੱਕ ਬਹੁਤ ਵਧੀਆ ਪਿਆ ਹੈਗਾ। ਮੈਂ ਚਾਹੁੰਦਾ ਸੀਗਾ ਕਿ ਟੈਂਕ ਜਿੱਦਾਂ ਆਪਣੇ ਕੋਠੀ ਤੇ ਬਣਾਇਆ ਜਾਵੇ ਤਾਂ ਬਹੁਤ ਵਧੀਆ ਲੱਗੂਗਾ, ਕਿਉਂਕਿ ਇਹਨਾਂ ਨੇ ਬਹੁਤ ਵਧੀਆ ਬਣਾਇਆ ਹੋਇਆ ਹੈਗਾ। ਤੇ ਇਸ ਬਾਰੇ ਮੈਂ ਇਹਨਾਂ ਦੀ ਦੁਕਾਨ ਤੇ ਇੱਥੇ ਮੈਂ ਜੰਡਿਆਲੇ ਵਿੱਚ ਆਇਆ ਸੀਗਾ। ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੱਦਾਂ ਪਰਿਵਾਰਕ ਮੈਂਬਰ ਜਿੰਨੇ ਵੀ ਬ੍ਰਦਰ ਆ ਅਸੀਂ ਸਾਰੇ ਸਵੇਰ ਤੋਂ ਸ਼ਾਮ ਤੱਕ ਕੰਮ ਕਰੀਦਾ। ਜੇ ਆਪਣੇ ਸ਼ੌਂਕ ਹੀ ਨਾ ਪੂਰੇ ਕੀਤੇ ਤਾਂ ਉਹ ਪੈਸੇ ਕਮਾਇਆ ਦਾ ਫਾਇਦਾ ਵੀ ਕੀ ਆ। ਇਹ ਇੱਕ ਏਦਾਂ ਦੀ ਚੀਜ਼ ਆ ਕਿ ਜਿਹੜੀ ਚੀਜ਼ ਕੋਠੀ ਦੇ ਬਾਹਰ ਸਭ ਨੂੰ ਦਿਖਾਈ ਜਾ ਸਕਦੀ ਆ, ਅੰਦਰ ਲੁਗੀ ਹੋਈ ਚੀਜ਼ ਆਪਾਂ ਘਰ ਵਿੱਚ ਕੁਝ ਮਰਜ਼ੀ ਰੱਖ ਲਿਆ ਕਿਸੇ ਨੂੰ ਦਿਸਣਾ ਨਹੀਂ। ਇਹ ਦੂਰੋਂ ਆਉਂਦਾ ਜਾਂਦਾ ਬੰਦਾ ਵੀ ਇਹਨੂੰ ਦੇਖ ਕੇ ਵਧੀਆ ਲੱਗੂ, ਵਧੀਆ ਦਿਖਦੀ ਆ, ਵਧੀਆ ਸੁਣ।